ਬੀਏਆਲ ਦੀ ਟੀਮ ਦੂਜੀ ਸਾਈਡ ਵੀਰੇ ਬਾਰੇਕਾ, ਬੀਏਆਲ 'ਚ ਖੇਡਦਾ ਪਰ ਉਹ ਛੋਟੂ ਮਾਜਰਾ, ਬਾਰੇਕਾ 'ਚ ਖੇਡਦਾ ਸੱਤਾ ਸਹਿਬਾਜ ਪਰ ਬਈ ਕਰ ਦਿਉ ਸਿਰ, ਸਿਰੇ ਦੀ ਟੱਕਰ ਹੋਣ ਲੱਗੀ ਹੈ ਵੀਰੇ। ਮੈਚ ਸਟਾਰਟ ਆ 17 ਪੁਆਇੰਟ ਦਾ ਵੀਰੇ, ਫਾਈਨਲ ਮੈਚ 17 ਪੁਆਇੰਟ ਦਾ। ਕਮਲਪ੍ਰੀਤ ਰਮਾਣਾ ਜੀ ਫਿਰਦੇ ਨਜ਼ਰ ਆਉਂਦੇ ਆ। ਇਹ ਬਾਰੇਗਾ ਦੀ ਟੀਮ ਹੈ, ਪਾਸੇ ਇੱਥੇ ਜਾਈਏ ਝੇਰ, ਝੇਰ ਦੇ ਨਾਲ ਹੀ ਫਈਆਲ ਪਿੰਡ ਹੈ, ਗੁਆਂਢੀ ਦੇ ਪਿੰਡਾਂ ਦੀ ਗੱਲਬਾਤ ਹੈ। ਪਹਿਲਾ ਨੰਬਰ ਮੈਨੂੰ ਲੱਗਦਾ ਨਾ ਜੀ, ਬੰਦਾ ਬਈਆ ਦੀ ਟੀਮ ਦੇ ਖਾਤਰ ਵਿੱਚ ਮੰਗੇ ਦਾ ਸਾਥ ਖੇਡਦਾ ਹੈ। ਬਈਆ ਜੋਟੀ ਹਰ ਚਰਚੇ ਕਹਿੰਦੇ ਬੱਦੇ, ਬੱਲੇ 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 ਬੱਲੇ, ਹਰ ਕਮਾਲ ਹੋ ਗਈ ਆ। ਪਰ ਜਿੰਨੇ ਕੁ ਬੈਠੇ ਆ ਮਾਗਰੇ ਨੂੰ ਵੇਖਣ ਨੂੰ ਬੈਠੇ ਆ, ਹਰ ਕਹਿੰਦੇ ਅੱਜ ਦੇ ਮੁੰਡਾ ਫੈਲਿੰਗ ਵੱਡੀ ਬਣਾ ਗਿਆ, ਤੇ ਲਾਈਵ ਦੇ ਵੀ ਕਮੈਂਟ ਕਹਿੰਦੇ ਵੱਡੇ ਆਉਂਦੇ ਆ ਚੋਬਰ ਦੇ ਲਈ। ਹਰ ਮੇਰੇ ਮਿੱਤਰ ਕਮਾਲ ਜਿਹੜੀ ਕੀਤੀ ਹੋਈ ਆ, ਬੱਲੇ 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 ਆ ਸੱਤਿਆ, ਬਾਲਾਂ ਦੇ ਪਹਿਲੀਆਂ ਤੇ ਬੜਿਆਂ ਤੇ ਲਾਈਆਂ ਨੇ, ਪਰ ਜੇ ਅੱਜ ਮਾਜਰੇ ਤੇ ਲੱਗਣ ਨਾ ਸਵਾਰ ਫੇਰ ਆ, ਕਿਉਂਕਿ ਅੱਜ ਕੱਲ ਮੁੰਡਾ ਵੀ ਹਰ ਬੜਾ ਟਾਪ ਦਾ ਖੇਡੀ ਦਰਿਆਉਂਦਾ ਹੈ। ਹਰ ਕਮਾਲ ਕਹਿੰਦੇ ਕਰ ਦਿੱਤੀ ਆ, ਕਾਲਾ ਕਹਿੰਦੇ ਜ਼ੋਰ ਲਾਉਂਦਾ ਹੈ, ਵੇਖੋ ਫਿਰ ਕੌਣ ਜਿੱਤ ਕੇ ਬੱਲੇ ਬੱਲੇ ਹਾ ਬੱਲੇ ਲਾਟੀ ਬਈ ਵਾਲੀ ਆ, ਅੱਜ ਦੇ ਕਮਾਲ ਹੀ ਕਰੀ ਦਰਿਆਉਂਦਾ ਹੈ। ਲੈ ਵੀ ਨੈਟ ਵਾਲੇ ਲਾਵੇ ਫੇਰ ਬੈਸਟਾਂ ਨੂੰ 31-31 ਸੋਲਾ, ਬੈਸਟਾਂ ਨੂੰ 31-31 ਸੋਲਾ, ਨੰਬਰ ਮੈਨੂੰ ਲੱਗਦਾ ਦੂਜਾ ਵੀ ਜੁੜ ਗਿਆ। ਪੰਡਤ ਕੌਣ ਵੀਰੇ ਦੱਸਿਓ, ਛੋਟੂ ਨੂੰ ਕਹਿ ਰਹੇ ਹੋ? ਸੌਧਰਲੀ ਟੀਮ ਚ, ਸੋਰੀ ਵੀਰੇ। ਨੰਬਰਦਾਰ ਵੀਰੇ ਲਾਈਵ ਖੋਲ ਕੇ ਦੇਖਿਓ, ਲੱਗ ਫੈਸਲਾ ਦੀ ਵੀ ਜੰਗ ਵੱਡੀ ਆ, ਇੱਧਰ ਕਾਲਾ ਹਰ ਪਾਲੇ ਗਲਾ, ਇੱਧਰ ਮਾਜਲਾ ਛੁੱਟਾ, ਤੇ ਬੈਸਟ ਵੀ ਕਿਸੇ ਗੱਲ ਕਰਕੇ ਤੁਰੇ ਜਾਣਗੇ, ਕਾਲੇ ਦਾ ਵੀ ਪਤਾ ਕੁਝ ਨੀ, ਚਾਹੁੰਦੇ ਮੈਚ ਕਈ ਕਈ ਬਾਲਾਂ ਲਾ ਜਾਂਦਾ ਹੈ। ਕਾਲਿਆ ਥੋੜਾ ਤਗੜਾ ਹੋਣਾ ਪੈਣਾ ਸੋਹਣੇ ਵੀਰ, ਕੱਲੇ ਸੱਤੇ ਨੇ ਵੀ ਕੁਝ ਨੀ ਕਰਨਾ ਕਰਨੀ, ਨੰਬਰ ਮੈਨੂੰ ਲੱਗਦਾ ਤੀਜਾ ਵੀ ਜੁੜ ਗਿਆ, ਨੰਬਰ ਤੇ ਮੈਨੂੰ ਲੱਗਦਾ ਵੀ ਤੀਜਾ ਵੀ ਜੁੜ ਗਿਆ। ਅਨਮੋਲ ਬਾਰੇਗਾ ਉਹ ਕਹਿੰਦੇ ਵੀ ਜੇ ਪੰਡਿਤ ਫਾਈਨਲ ਜਿੱਤੇ ਤੇ ਤਾਂ ਆਪਾਂ ਆਉਣ ਵਾਲੇ 24 ਫਰਵਰੀ ਵਾਲੇ ਮੇਲੇ ਦੇ 5 ਫੁੱਟੇ ਬਾਲ ਪੇਪਰ ਨਾਲ ਸਨਮਾਨ ਕਰ ਦਿਆਂਗੇ। ਵੱਡੇ ਬਾਹਰ ਹੋਣ ਦੇ ਕਾਲੇ ਪੰਡੇ ਦੀ ਗੱਲ ਹੁੰਦੀ ਆ, ਟਾਈਮ ਆਊਟ ਲਿਆ ਗਿਆ 4-0 ਪਹਿਲੇ, 4 ਜੁੜ ਕੇ ਪਈ ਆ, 4 ਹੋ ਗਏ 4, ਖਾਤਾ ਨਹੀਂ ਖੁੱਲਿਆ ਅਜੇ ਬਾਰੇ ਕਿਹਦਾ ਬਾਈ। ਹਾਂਜੀ ਰਿਸ਼ਕਰਨ ਜੀ ਫਾਈਨਲ ਚੱਲਦਾ, ਰਿਸ਼ਕਰਨ ਬੋਪਰ ਵਾਲੀ ਲਾਈਵ ਤੇ ਆ ਗਿਆ ਕੈਨੇਡਾ ਤੋਂ, ਆਓ ਸਾਹਮਣੇ ਖੇਡੋ ਮੇਰੇ ਮਿੱਤਰੋ, ਨੰਬਰ ਫਿਰ ਕੌਣ ਜੋੜ ਕੇ ਮੇਰੇ ਮਿੱਤਰੋ ਬੱਲੇ ਬੱਲੇ ਕਰਾਊਗਾ, ਖੇਡ ਦੇ ਮੈਦਾਨ ਦੇ ਵਿੱਚ ਚਰਚੇ ਦੇ ਹੋਰ ਗਏ ਬਈ ਵਾਲੀ ਆ, 0 ਹੋ ਗਏ ਬਾਈ 5-0,
ਬਈ ਵਾਲੀਆ ਕਹਿੰਦੇ ਜੈਪਰਾ ਇਹਦਾ ਜੱਦੀ ਕਹਿੰਦੇ ਆਹੀ ਪਿੰਡ ਆ ਕਲੇਰ ਪਿੰਡ ਆ ਮੇਰੇ ਵੀਰੇ ਮੈਨੂੰ ਲੱਗਦਾ ਵੀ ਪਹਿਲੇ ਪੰਜ ਦੌੜ ਗਏ ਹਾਂ ਉਸ ਸਾਹਮਣੇ ਗੱਲਾਂ ਕਦੇ ਹੋੜ ਗਈਆਂ ਛੇਵੇਂ ਦੀ ਤਿਆਰੀ ਦੇ ਵਿੱਚ ਆ ਹਾਂ ਬਈ ਵਾਲੀਏ ਕਮਾਲ ਕਰ ਗਏ ਹਾਂ ਬੱਲੇ ਬੱਲੇ ਕਰਾ ਗਏ ਮੇਰੇ ਮਿੱਤਰੋ ਖੇਡਦੇ ਮੈਦਾਨ ਦੇ ਵਿੱਚ ਮੁੱਲ ਮੋੜ ਦਿੱਤਾ ਮੁੰਡਿਆਂ ਨੇ ਆਂਢੀ ਗੁਆਂਢੀ ਦੇ ਪਿੰਡਾਂ ਦੀ ਗੱਲ ਬਾਤ ਇਹ ਹਾਏ ਚੌਂਟੀ ਬਈ ਵਾਲੀ ਆ ਬਈ ਵਾਲ ਦਾ ਚੌਂਟੀ ਅੜੀਏ ਬੜਾ ਪਤੰਦਰ ਭੈੜਾ ਨੀ ਜੇ ਕੇਰਾ ਪੈ ਜੇ ਪਿੱਠੇ ਸ਼ਰਦਾ ਮੁੜ ਕੇ ਖੈੜਾ ਨੀ ਹਾਓ ਲਾਵੀ ਕਰਨੀ ਥੋੜਾ ਫਿੱਟ ਹੋ ਜਾ ਏਦਾਂ ਨੀ ਗੱਲ ਬਣਦੀ ਕੱਲੇ ਸੱਤੇ ਨੇ ਵੀ ਕੁਝ ਨੀ ਕਰਨਾ ਸਾਥ ਤੁਹਾਨੂੰ ਦੇਣਾ ਪੈਣਾ ਗੱਲ ਫੇਰ ਹੀ ਬਣਦੀ ਆ ਬਾਲ ਲਾਡੀ ਆਊਟ ਮਾਰ ਗਿਆ ਬਾਲ ਲਾਡੀ ਆਊਟ ਹੈ ਲਾਵੀ ਜੀਰੋ ਤੇ ਪੰਜ ਜੀਰੋ ਤੇ ਪੰਜ ਦੀ ਟੱਕਰ ਲਵੀ ਗੜੈਂਗ ਰੱਪੜੇ ਆਏ ਹੋਇਆ ਲਵੀ ਸਿੱਧੇ ਜੱਗਾ ਜਹਾਜ ਕਰਦਾ ਤੈਨੂੰ ਹਾਂ ਗੱਲਾਂ ਕਹਿੰਦੇ ਵੱਡੀਆਂ ਜੋਟੀ ਜੋਟੀ ਹੋਈ ਪਈ ਅੱਜ ਦੇ ਹਾਂ ਕਹਿੰਦੇ ਧੁੱਪੀ ਗੱਡੀ ਤਰਿਆ ਆਉਂਦਾ ਤੇ ਕਮਾਲ ਕਰ ਗਿਆ ਨੰਬਰ ਇੱਕ ਹੋਰ ਪੁਆਇੰਟ ਪੰਜ ਜੀਰੋ ਆ ਵੀਰੇ ਛੇ ਹੋ ਗਏ ਛੇ ਜੀਰੋ ਪੁਆਇੰਟ ਛੇ ਜੀਰੋ ਪੁਆਇੰਟ ਹੋ ਗਏ ਵੀਰੇ ਛੇ ਪੁਆਇੰਟ ਬਈ ਵਾਲ ਅਤੇ ਬਾਰੀ ਕਿਹਦਾ ਜੀ ਖਾਤਾ ਨਹੀਂ ਖੁੱਲਿਆ ਬਾਈ ਲਵੀ ਛੇ ਹੋ ਗਏ ਨੰਬਰ ਮੰਗੇ ਛੇਵਾਂ ਨੰਬਰ ਵੀ ਮੁੰਡਿਆਂ ਨੇ ਜੋੜ ਦਿੱਤਾ ਹੈ ਖੇਡ ਦੇ ਮੈਦਾਨ ਦੇ ਵਿੱਚ ਹਾਂ ਬੱਲੇ ਬੱਲੇ ਕਰਾ ਦਿੱਤੀ ਆ ਲਓ ਸਾਹਮਣੇ ਹੁਣ ਨੰਬਰ ਕਹਿੰਦੇ ਕੌਣ ਜੋੜਦਾ ਏ ਸੰਪਰਕ ਬਣਾਈ ਵੀਰੋ ਨੰਬਰ ਦੇ ਸੱਤ ਹੋ ਗਏ ਤੇ ਹਲੇ ਇੱਧਰ ਮੈਨੂੰ ਲੱਗਦਾ ਵੀ ਖਾਤਾ ਜਿਹੜਾ ਖੁੱਲੇ ਆਣੀ ਗਾ ਆਊਟ ਵਾਲਾ ਜੀ ਬਾਲ ਜਿਹੜੀ ਆਊਟ ਆ ਲਾਲ ਸਾਹਮਣੇ ਮੇਰੇ ਵੀਰੋ ਕਮਾਲ ਕਹਿੰਦੇ ਕਰ ਦਿੱਤੀ ਮੁੰਡਿਆਂ ਨੇ ਜ਼ੋਰ ਦੇ ਲੱਗਿਆ ਹੋਇਆ ਲੱਗੇ ਵੀ ਕਿਉਂ ਨਾ ਵੱਡਾ ਮੇਲਾ ਦੇ ਫਾਈਨਲ ਮੈਚ ਹੈ ਤੇ ਫਾਈਨਲ ਦੀਆਂ ਗੱਲਾਂ ਇੱਕ ਸੱਤ ਹੋ ਗਏ ਵੀਰੇ ਪੁਆਇੰਟ ਇੱਕ ਸੱਤ ਇੱਕ ਪੁਆਇੰਟ ਲੱਗਿਆ ਬਾਰੇ ਕਿਹਦਾ ਤੇ ਬਈ ਆਪਦੇ ਸੱਤ ਪੁਆਇੰਟ ਬਾਈ ਆ
ਨੰਬਰਦਾਰ ਵੀਰੇ ਦੇਖਿਓ ਲਾਈਵ ਜਲੰਧਰ ਜੋ ਫੈਸਲਾ ਹੁਣ ਰੈਫਰੀ ਬੈਠੇ ਆਪਣੇ ਦੇ ਆਪਣਾ ਕੋਈ ਪੇਡ ਰੈਫਰੀ ਉਹ ਆਪੇ ਫੈਸਲਾ ਲੈ ਲੈਣਗੇ ਇੱਕ ਮਿੰਟ ਵੀਰੇ ਜਸਕਰਨ ਵੀਰੇ ਰੁਕੋ ਇੱਕ ਮਿੰਟ ਬੋਲਣਾ ਲਵੀ ਕੋਈ ਗੱਲ ਨੀ ਆਪਣੇ ਤੇ ਲਵੀ ਜੋਟੀ ਸੋਹਣੇ ਵੀਰ ਲਾਡੀ ਦੋਵੇਂ ਟੀਮਾਂ ਇੱਕੋ ਜਿਹੀਆਂ ਰੈਫਰੀ ਕੋਈ ਆਪਣੇ ਪਿੰਡ ਦਾ ਨਹੀਂ ਬੈਠਾ ਆਪਾਂ ਪੇਡ ਰੈਫਰੀ ਲਾਏ ਹੋਏ ਆ ਮੈਂ ਵੀਰ ਉਹ ਲੈਟਾਂ ਲਾ ਲਈ ਉਹਨਾਂ ਨੂੰ ਪੁੱਛ ਲਓ ਨੰਬਰਦਾਰ ਨੂੰ ਪੁੱਛ ਲਓ ਲਾ ਹੀ ਦਿਓ ਵੈਸੇ ਮੈਂ ਕਰਾਉਣਾ ਨਹੀਂ ਕੋਈ ਚੱਕਰ ਲਾਈਵ 'ਚ ਉੱਧਰ ਦਾ ਕੀ ਚੱਕਰ ਆਉਣ ਗਿਆ ਲੈਟਾਂ ਪੁੱਛ ਲਾ ਬਸ ਨੰਬਰਦਾਰ ਨੂੰ ਹਾਂਜੀ ਹਾਂਜੀ ਲਵਪ੍ਰੀਤ ਜੀ ਪੁਆਇੰਟ ਵੀਰੇ ਸ਼ਾਇਦ 2-7 ਹੋ ਗਏ ਨੰਬਰਦਾਰ ਵੀਰੇ ਦੇਖਿਓ ਲਾਈਵ ਕਿਹਨੂੰ ਇੱਕ ਮਿੰਟ ਵੀਰੇ ਰੁਕ ਜਾਓ ਫੋਨ ਆਇਆ ਨੰਬਰਦਾਰ ਨੂੰ ਕਰਾਉਂਦੇ ਅਨਾਊਂਸ ਪੁਆਇੰਟ ਵੀਰੇ 3 ਲੱਗ ਗਏ ਮੇਰੇ ਹਿਸਾਬ ਨਾਲ ਉੱਧਰ ਇੱਧਰ 7 ਆ ਬਈ ਆਪਦੇ ਲਵੀ ਬਾਲ ਮੇਰੇ ਖਿਆਲ ਨਾਲ ਜਿਹੜੀ ਆਊਟ ਆ ਖੇਡ ਦੇ ਬਰਾਂਡ ਵਿੱਚ ਨੰਬਰ ਕੀ ਹੋ ਗਏ ਬਾਈ 7-3 7 ਨੰਬਰ ਆ ਬਈ ਵਾਲ ਦੀ ਟੀਮ ਦੇ ਤੇ 3 ਨੰਬਰ ਜਿਹੜੇ ਬਾਰੇਗਾ ਦੀ ਟੀਮ ਦੇ ਬੱਬੇ ਦੇ ਬਈ ਵਾਲ ਬੱਬੇ ਦੇ ਬਾਰੇਗਾ ਤੇ ਜਿਹੜਾ ਜਿੱਤ ਗਿਆ ਤੇ ਗੱਲਾਂ ਹੋੜ ਗਿਆ ਅਰਸ਼ ਹੋਣੀਆਂ ਹੁਣ ਜਲੰਦ ਗੜੀਏ ਆਓ ਸਾਹਮਣੇ ਗੱਲਾਂ ਹੁੰਦੀਆਂ ਨੇ ਕਰਪਿੰਦਰ ਹੋਣੀ ਲਵੀ ਜੱਗਿਆ ਗਰਾਇਆ ਗਰੋਤਰਾ ਕਹਿੰਦੇ ਹੈਡ ਆਇਆ ਹੋਇਆ ਆਓ ਕਹਾਣੀ ਕਹਿੰਦੇ ਟਕਾਹੇ ਲੱਗੀ ਹੋਈ ਆ ਹੁਣ ਤੇ ਕਹਿੰਦੇ ਲੋਈ ਚ ਲਿਫਟ ਲਿਫਟ ਕੇ ਬਹਿੰਦਾ ਗ੍ਰੈਂਡ ਗਰੋਪਰਾ ਕਹਿੰਦੇ ਹੈਡ ਉਹ ਕਹਾਣੀ ਕਹਿੰਦੇ ਟਕਾਹੇ ਲੱਗੀ ਹੋਈ ਆ ਮੈਂ ਟੋਟੀ ਦਾ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਤੇ ਵੀ ਪਾਊਗਾ ਸੁਣਿਆ ਚੜ ਹਟਦਾ ਨੀ ਹਾਓ ਸਾਹਮਣੇ ਕਹਿੰਦੇ ਮੁਕਾਬਲਾ ਬੜਾ ਟੋਟੀ ਦਾ ਅਰਸ਼ ਵਰਗੇ ਗੁਰਪਿੰਦਰ ਵਰਗੇ ਗੱਲਾਂ ਸੀਪੀ ਵਰਗੇ ਨੇ ਬਾਈ ਗੁਰਪ੍ਰੀਤ ਵੀ ਆ ਹੋਇਆ ਨਾਲ ਜੱਗੇ ਵਰਗੇ ਆਏ ਆ ਸੀਪੀ ਭਰਾ ਸਾਡੇ ਦਾ ਬਹੁਤ ਬਹੁਤ ਧੰਨਵਾਦ ਆ ਇੱਧਰ ਕਹਿੰਦੇ ਗ੍ਰੈਂਡ ਗਰੁੱਪ ਦਾ ਹੈਡ ਵੀ ਆਇਆ ਹਾਂ ਕਹਾਣੀ ਕਹਿੰਦੇ ਟਕਾਹੇ ਲੱਗੀ ਹੋਈ ਆ ਮੈਂ ਝੋਟੀ ਦਾ ਹੁਣ ਮੈਂ ਬਣੂੰਗਾ ਜ਼ਰੂਰ ਇੱਕ ਵਾਰੀ ਤੇ ਹਾਂ ਮੇਰੇ ਮਤਲਬ ਪਰ ਦੇਖ ਕੇ
ਥੋੜਾ ਘੱਟ ਹੁੰਦਾ ਤੇ ਗੱਲ ਕੁਝ ਹੋਰ, ਕਿਉਂਕਿ ਵਾਲੀਬਾਲ ਥੋੜੀ ਲੇਟ ਹੋ ਜਾਂਦੀ ਆ, ਇਸ ਕਰਕੇ ਮੇਰੇ ਮਿੱਤਰੋ ਉੱਥੇ ਜਿਹੜੇ ਪਿਆਰ ਕਰਦੇ ਉਹ ਰਹਿ ਜਾਂਦੇ ਆ। ਵਾਹ ਉਹ ਚੋਟੀ ਕਮਾਲ ਕਰ ਦਿੱਤੀ ਹੈ, ਨੰਬਰ ਇੱਕ ਹੋਰ ਜੋਰ ਕੱਟ ਹੋ ਗਏ ਅੱਠ। ਕਰਦਾ ਕਰਦਾ ਵੀਰੇ ਇੱਕ ਮਿੰਟ ਰੁਕੋ, ਫੋਨ ਲਿਆ ਫੋਨ ਲਿਆ ਜੀ। ਹੈਲੋ ਨਵੀ, ਹੈਲੋ ਨਵੀ ਅਰਸ ਜਸਕਰਨ, ਜਸਕਰਨ ਵੀਰ ਸਾਡਾ ਕਹਿੰਦਾ ਵੀ ਮਹਿਕ ਨਗਰ ਵਾਲਾ ਜਸਕਰਨ ਮਹਿਕ ਨਗਰ ਵਾਲਾ ਉਹ ਭਰਾ ਕਹਿੰਦਾ ਵੀ ਵੱਡੇ ਸਨਮਾਨ ਕਰ ਦਾਂਗੇ ਜੇ ਜੋਤੀ ਆ ਗਿਆ ਸਿੰਗਲ ਹੈਂਡ ਵੀ ਬਾਲ ਲਾਵੇ ਤੇ ਵੱਡੇ ਜਿਹੜੇ ਸਨਮਾਨ ਹੋਣਗੇ। ਮਹਿਕ ਨਗਰ ਵਾਲਾ ਕਹਿੰਦੇ ਜਸਕਰਨ ਉਹ ਵੀਰ ਕਹਿੰਦਾ ਚਰਚੇ ਵੱਡੇ ਆ ਮੇਰੇ ਮਿੱਤਰੋ, ਮੈਂ ਬੜਾ ਚੋਟੀ ਦਾ ਹਰ ਲੀਡ ਕਹਿੰਦੇ ਬਣਾਈ ਤੁਰੇ ਆਉਂਦੇ ਆ, ਹਰ ਮੁੰਡੇ ਕਹਿੰਦੇ ਬਈ ਵਾਲੀਏ ਖੇਡ ਦੇ ਮੈਦਾਨ ਦੇ ਵਿੱਚ ਆ ਸੱਤਿਆ ਕੋਈ ਤੂਫਾਨੀ ਪਾਰੀ ਖੇਡ ਜੱਗਾ ਵੀ ਬੈਠਾ, ਹਰ ਗੱਲਾਂ ਕਹਿੰਦੇ ਵੱਡੀਆਂ ਹੁੰਦੀਆਂ ਨੇ ਇੱਕ ਦੂਸਰੇ ਨੰਬਰ ਜੁੜਨਗੇ ਸਵਾਦ ਵੱਜੂਗਾ ਇਹ ਹੈ ਬੱਲੇ 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 ਮਾਜਰੇ ਵਾਲਾ ਕਹਿੰਦੇ ਛੁੱਟੂ ਕਰਦਾ ਟਰਾਈ ਖੇਡ ਦੇ ਮੈਦਾਨ ਦੇ ਵਿੱਚ। ਹੁਣ ਅਗਲਾ ਨੰਬਰ ਬਈਆਲ ਦਾ ਕਹਿੰਦੇ ਚੌਂਟੀ ਦੇ ਅੱਜ ਬਾਲ ਦੇ ਪਛਾਣੀ ਪਿਆ ਹੋਇਆ ਅੱਜ ਦੇ ਬਾਲ ਨੂੰ ਕੁੱਟੀ ਦਰਿਆ ਦਾ ਨੰਬਰ ਕਈ ਜੋੜ ਗਿਆ ਅੱਜ ਦੇ। ਮੈਨੂੰ ਲੱਗਦਾ ਵੀ ਮੁੰਡਾ ਪਿੰਡਾਂ ਦੀ ਗੱਲਬਾਤ ਲੈ ਵੀ ਮੈਕੂ ਤੂੰ ਥੋੜਾ ਵੱਟ ਕੇ ਸੋਹਣਿਆ ਵੀ ਰਾਖੁਣ ਤੇਰੇ ਤੇ ਰੱਖੀ ਫਿਰਦੇ ਆ ਹਰ ਗੱਲਾਂ ਜੰਪਰ ਦੀਆਂ ਵੀ ਹੋਰ ਗਈਆਂ ਨੰਬਰ। ਹੁਣ ਅਗਲਾ ਕੌਣ ਆਪਣੀ ਟੀਮ ਲਈ ਜੋੜਦਾ ਲੈ ਵੀ ਅੱਠ ਤੇ ਤਿੰਨ ਹੀ ਆ ਅੱਠ ਤਿੰਨ ਅੱਠ ਨੰਬਰ ਆ ਜਿਹੜੇ ਬਈਆ ਦੀ ਟੀਮ ਵਾਹ ਸੋਹਣਿਆ ਲੈ ਵੀ ਨੈਟ ਵਾਲੇ ਮੁੰਡੇ ਨੂੰ ਇੱਕ ਵਾਰੀ ਤਾੜੀ ਮਾਰਦੇ ਜੋੜਦੇ ਨੇ ਲੈ ਸਾਹਮਣੇ ਅੱਠ ਤੇ ਕਹਿੰਦੇ ਤਿੰਨ ਦੀ ਟੱਕਰ ਜਿਹੜੀ ਖੇਡੀ ਜਾ ਰਹੀ ਆ ਲਾਈਵ ਦੇਖੋ ਨੰਬਰਦਾਰ ਵੀਰੇ ਸਾਡਾ ਚੇਂਜ ਆ ਵੀਰੇ ਨੌ ਤਿੰਨ ਪੁਆਇੰਟ ਲਵੀ ਉਧਰੋਂ ਹੈਲੋ ਉਧਰੋਂ
ਪੁਆਇੰਟ 9 ਤਾਂ ਨਾ ਵੀਰੇ ਪੁਆਇੰਟ ਨੌ ਤਿੰਨ ਪੁਆਇੰਟ ਵੀਰੇ ਨੌ ਬੀ ਏ ਆਲ ਦੇ ਤਿੰਨ ਬਾਰੇ ਕਿਤੇ ਬਈ ਬਾਲ ਯਾਰ ਬਈ ਸੱਤੇ ਸਰਵਿਸ ਫਿਰ ਚੇਂਜ ਤਿੰਨ ਪੁਆਇੰਟ ਬਾਈ ਹੈਲੋ ਹੈਲੋ ਲਵੀ ਨੰਬਰ ਕਿੰਨੇ ਹੋ ਗਏ ਚਾਰ ਤੇ ਨੌ ਚਾਰ ਤੇ ਨੌ ਲਵੀ ਮਾਹੀ ਤੇ ਕਾਲਜ ਦਾ ਸਨਮਾਨ ਵੀਰ ਸਾਹਿਬ ਦਾ ਬਾਰੇ ਗਾਲਾ ਪਵਨ ਕਹਿੰਦਾ ਵੀ ਆਪਾਂ ਸਪੋਰ ਸੂਰਾ ਕਰ ਦਿਆਂਗੇ ਜੇ ਜੋਟੀ ਨੂੰ ਦਸਾਂ ਦੇ ਥੱਲੇ ਰੱਖ ਗਏ ਹਰ ਗੱਲਾਂ ਕਹਿੰਦੇ ਵੱਡੀਆਂ ਇਹ ਬਾਲ ਆਊਟ ਆ ਲਵੀ ਕਰਮੀ ਥੋੜਾ ਖੜ ਕੇ ਥੋੜਾ ਥੰਬੇ ਨਾਲ ਕਿੱਦਾਂ ਪੈਣਾ ਅਰਸ਼ਰ ਗਏ ਭਰਾ ਸਾਡੇ ਗੁਰਪਿੰਦਰ ਵਰਗੇ ਹਰ ਜੱਗੇ ਵਰਗੇ ਨਾਲ ਕਹਿੰਦੇ ਗਿਪਨ ਵਰਗਿਆਂ ਦੀ ਗੱਲ ਆਉਂਦੀ ਵਰਗਿਆਂ ਦੀ ਸੀ ਪੀ ਵਰਗੇ ਦੇ ਨਾਲ ਗੁਰਪੀਤ ਆਇਆ ਹੋਇਆ ਪਰ ਕਹਿੰਦੇ ਗੜੈਂਗ ਰਤਰਾ ਬਾਈਸ ਪ੍ਰਧਾਨ ਆ ਕੰਧ ਤੋਂ ਕਹਿੰਦੇ ਇੱਧਰ ਨਹੀਂ ਆ ਕੰਧ ਦੇ ਪਰੇ ਪਰੇ ਖੜਾ ਮੈਚ ਆ ਆਲਦੇ ਸਾਰੀ ਦੇ ਗਿਆ ਚਰਦੇ ਵੱਡੇ ਹਨੇਰੇ ਵੀਰੋ ਉਹ ਕਹਾਰੀ ਕਹਿੰਦੇ ਟਿਕਾਣੇ ਲੱਗੀ ਹੋਈ ਆ ਬਾਰੇ ਗਿਪਨ ਦਾ ਕਹਿੰਦੇ ਵਿਕਾਸ ਪਰ ਮੁੰਡਾ ਕਹਿੰਦੇ ਰਬੜ ਗਿਰਤੇ ਆ ਬੜਾ ਕਹਿੰਦੇ ਮੇਰੇ ਮਿੱਤਰੋ ਤੇ ਉਤਰਾ ਰਿਹਾ ਇੱਧਰ ਵੀ ਤੇਜਿੰਦਰ ਆ ਤੇਜਿੰਦਰ ਇੱਕ ਅੱਧਾ ਟੱਪਾ ਸੁਣ ਆਓ ਜੈਪਰ ਕਹਿੰਦੇ ਕਰ ਗਿਆ ਮੈਨੂੰ ਆਉਂਦੇ ਲੱਗਦਾ ਛੁੱਟੂ ਇਹਨੂੰ ਥੋੜੀ ਕਾਹਲੀ ਹੋ ਗਈ ਇਹਨੂੰ ਪੁੱਛ ਰਿਹਾ ਵੀ ਸਵੇਰੇ ਕਿਤੇ ਹਾਉ ਲੈਂਟਰ ਤੇ ਨੀ ਪੈਣਾ ਘਰ ਦਾ ਹਾਉ ਗੱਲਾਂ ਕਹਿੰਦੇ ਵੱਡੀਆਂ ਨੇ ਆ ਕਿਉਂਕਿ ਇਹ ਮੁੰਡੇ ਨੇ ਬੜੀ ਮਿਹਨਤ ਗਰਾਊਂਡਾਂ ਦੇ ਵਿੱਚ ਨਾਂ ਬਣਾਇਆ ਮੇਰੇ ਵੀਰੋ ਤੇ ਪਰ ਵਾਲੀਬਾਲ ਪਰਿਵਾਰ ਨੇ ਵੀ ਬੜਾ ਸਾਥ ਦਿੱਤਾ ਇਹ ਮੁੰਡੇ ਨੇ ਘਰ ਪਾਉਣਾ ਸੀਗਾ ਸਰਕਾਰੀ ਜਗ੍ਹਾ ਮਿਲੀ ਇਹ ਮੁੰਡੇ ਨੂੰ ਦੋ ਢਾਈ ਵਸਵੇ ਪਾਉਣ ਪਰ ਵਾਲੀਬਾਲ ਵਾਲਿਆਂ ਨੇ ਸਾਥ ਦਿੱਤਾ ਤੇ ਮੁੰਡੇ ਦਾ ਘਰ ਥੋੜਾ ਬਾਕੀ ਰਹਿ ਗਿਆ ਲੈਂਟਰ ਦੀ ਤਿਆਰੀ ਆ ਤੇ ਐਨ ਗੱਲਾਂ ਕਹਿੰਦੇ ਟਿਕਾਣੇ ਫਿਰ ਲੱਗ ਜਾਣਗੀਆਂ ਲਾਓ ਸਭ ਰਿਹਾ ਪਾਓ ਜੈਪਰਾ ਆਹੀ ਗੱਲਾਂ ਕਰਕੇ ਜਾਣਿਆ ਜਾਂਦਾ ਇਹ ਲਾਡੀ ਆਊਟ ਨੰਬਰ ਪੰਜਵਾਂ ਜੁੜ ਗਿਆ ਮੈਨੂੰ ਲੱਗਦਾ ਪੰਜ ਤੇ ਨੌ ਪੰਜ ਤੇ ਨੌ ਹੋ ਗਏ ਪੰਜ ਨੌ ਕਮਾਲ ਕਰ ਦਿੱਤੀ ਆ ਨੰਬਰ ਇੱਕ ਹੋਰ ਛੇ ਦੇ ਨਾ ਹੋ ਗਏ ਆ ਹਾਓ ਸਾਹਮਣੇ ਗੱਲਾਂ ਵੱਡੀਆਂ ਨੇ ਕਿ ਮੇਰੇ ਕੋਲ ਬੈਠਾ ਕਹਿੰਦਾ ਛੀ ਹੋ ਗਏ ਪਰ ਛੇ ਹੋਇਆ ਲਗੀ ਚਰਚੇ ਦੇ ਵੱਡੇ ਆ ਕਹਾਣੀ ਟਿਕਾਣੇ ਆ ਹਾਓ ਸਾਹਮਣੇ ਮੇਰੇ ਮਿੱਤਰੋ ਪਰ ਨੰਬਰ ਫੁੱਟ ਜੇ ਸੱਤਵਾਂ ਦੋ ਹਾਏ ਤੂਫਾਨ ਸਿਆ ਹਾਏ ਬੱਲੇ ਸੱਤਿਆ ਤੂਫਾਨੀ ਬਾਰੀ ਖੇਡਣ ਨੂੰ ਫਿਰਦਾ ਸਾਨੂੰ ਸੱਤਵਾਂ ਨੰਬਰ ਜੋੜ ਗਿਆ ਜੇ ਨੌ ਨੌ ਕਰ ਗਿਆ
ਤੇ ਕਾਰੋਂ ਦੇ ਘੱਗੇ ਸਤਾਰਾਂ ਵੀ ਜਾਣੇ ਆ ਤੇ ਪਤਾ ਤੈਨੂੰ ਵੀ ਹੈ ਪੁਰਾਣਾ ਖੁੰਡਾ ਤਜਰਬਾ ਦੇ ਤਜਰਬੇ ਹੀ ਹੁੰਦਾ ਹੈ ਆਓ ਸਾਹਮਣੇ ਵੀ ਭਰਿਆ ਰੇ ਹੋਵੇ ਕੀ ਕਿਆ ਤੇ ਜ਼ਿੰਦਗੀ ਦਾ ਮੇਲਾ ਹੁੰਦਾ ਤੇ ਪੁੱਛਣਾ ਨੀ ਇੱਥੇ ਕੋਈ ਵੀਰੇ ਪੱਲੇ ਵੀ ਢਿੱਲਾ ਹੁੰਦਾ ਤੇ ਪੈਰਾਂ ਵਿੱਚ ਬਹਿ ਕੇ ਸਿੱਖੇ ਅਸਲੀ ਉਹ ਚੇਲਾ ਹੁੰਦਾ ਤੇ ਸੁਰਗ ਚ ਬੱਜੇ ਅਸਲੀ ਉਹਨੂੰ ਸਾਜ ਕਹਿੰਦੇ ਤੇ ਜੀ ਤੋਂ ਗੁਣ ਲਈਏ ਕਾਕਾ ਉਹਨੂੰ ਉਸਤਾਦ ਕਹਿੰਦੇ ਸਿੱਖਿਆ ਕਰਿਆ ਪਹਿਲੀ ਉਹ ਲੈ ਗਏ ਪਰ ਕਿਉਂਕਿ ਤੇਰਾ ਅੱਜ ਕੱਲ ਦੌਰ ਚੱਲਦਾ ਹੈ ਤੇ ਕਹਿ ਨਾਗਰਿਆਂ ਦੇ ਨੂੰ ਵੀ ਕੋਈ ਗੱਲ ਟਿਕਾਣੇ ਲਾ ਦੇ ਹਰ ਨੰਬਰ ਦੇ ਜੋੜ ਦੇ ਤੇ ਦੁਨੀਆ ਨੂੰ ਸਵਾਗ ਲਿਆਵੇ ਨੰਬਰ ਫਿਰ ਕੌਰ ਆਪਣੀ ਟੀਮ ਲਈ ਆ ਵਿਕਾਸ ਏ ਬੱਲੇ 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 ਹਾਓ ਬਾਓ ਸੋਹਣਿਆ ਪਰ ਨੈਟ ਵਾਲਾ ਮੁੰਡਾ ਫਿਰ ਸੋਹਣੀ ਟਰਾਈ ਕਰ ਗਿਆ ਹਾਓ ਪਰ ਸਭ ਚੇਂਜ ਆ ਮੈਨੂੰ ਲੱਗਦਾ ਜੀ ਨੌ ਤੇ ਸੱਤ ਹੀ ਆ ਨੌ ਸੱਤ ਪੁਆਇੰਟ ਆ ਵੀਰੇ ਨੌ ਪੁਆਇੰਟ ਵਿਗੇ ਆ ਸੱਤ ਪੁਆਇੰਟ ਬਾਰੇ ਕੋ ਹੈਲੋ ਚਰਚੇ ਕਹਿੰਦੇ ਵੱਡੇ ਆ ਮੈਚ ਬੜਾ ਟਾਪ ਲਾ ਲਓ ਜੀ ਨੰਬਰ ਅਸੀਂ ਸੱਤ ਨੌ ਜਾਂ ਵੀਰੇ ਪੁਆਇੰਟ ਸੱਤ ਨੌ ਉਹਨੇ ਚਾਰ ਦੇ ਚਾਰ ਹੁਣ ਸਾਰੀ ਦੇ ਦੇਣੇ ਆਪਾਂ ਠੀਕ ਆ ਲਵੀ ਕਿੰਨੇ ਕਿੰਨੇ ਨੰਬਰ ਨੇ ਅੱਠ ਨੌ ਹੋ ਗਏ ਸੱਤ ਨੌ ਸਾਈਬਰਸ ਬਾਰੇ ਕਿਹੜੀ ਟੀਮ ਦੀ ਆ ਲਵੀ ਸੱਤ ਹਾਏ ਨੰਬਰ ਅੱਠ ਨਾ ਏ ਬੱਲੇ 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 ਹਾਏ ਹੋ ਤੇ ਹੋ ਗੱਲ ਬਣ ਗਈ ਵੀ ਬਾੜ ਹੀ ਟਿਕਦੇ ਰਹੇ ਗੀਡੀਆਂ ਭਿੰਡੀਆਂ ਦੇ ਉੱਗ ਪਏ ਖੀਰੋ ਆਹੋ ਸਾਹਮਣੇ ਕਿਸੇ ਕਮਾ ਦੇਣੀ ਕਰ ਦਿੱਤੀ ਹੈ ਮੇਰੇ ਵੀਰੋ ਕਰਕੇ ਵੱਡੇ ਹੁੰਦੇ ਆ ਗਿੱਪਣ ਵੀ ਆ ਗਿਆ ਭਰਾ ਸਾਡਾ ਅਚੇਚੇ ਤੌਰ ਤੇ ਮੇਲਾ ਵੇਖਣ ਦੇ ਲਈ ਆਇਆ ਹਾਂ ਵਿਦੇਸ਼ਾਂ ਦਾ ਟੂਰ ਲਾ ਕੇ ਆਇਆ ਕੱਲ ਹੀ ਤੇ ਅੱਜ ਬਹੁਤ ਵੱਡਾ ਧੰਨਵਾਦ ਹਾਏ ਬੱਲੇ ਨੰਬਰ ਲਿਖਦੇ
ਅੱਠ ਨੌ ਹੋ ਗਏ, ਹਫਤੇ ਨੌ ਨੌ ਹੋ ਗਏ ਤੇ ਅੱਠ ਹੋਊਗੀ। ਆਪਾਂ ਕੋਈ ਮੈਚ ਦਾ ਨਜ਼ਾਰਾ ਹੀ ਲੈਣਾ, ਜਿੱਦਾਂ ਲੋਕ ਨਹੀਂ ਆਉਂਦੇ ਲਾਈਵ ਦੇ ਵਿੱਚ ਵੀ ਤੇ ਇੱਥੇ ਵੀ ਬੈਠੇ ਜਿੰਨੇ ਕੁ ਭਰਾ ਸਾਡੇ, ਇਹ ਤੇ ਉਹੀ ਰਹਿ ਜਾਂਦੇ ਲਵੀ ਅਮਨ ਜਿਹੜੇ ਪਿਆਰ ਕਰਦੇ ਹੁੰਦੇ ਵਾਲੀਵਾਲ ਨੂੰ। ਬਾਕੀ ਦੇ ਸਾਰੇ ਹੁਣ ਰਜਾਈਆਂ ਨੂੰ ਬਹਿ ਕੇ ਲਾਈਵ ਵੇਖ ਰਿਹਾ, ਸੋਹਣੇ ਵੀਰ ਉਹ ਵੀ ਦਿਲੋਂ ਪਿਆਰ ਕਰਦੇ ਨਾ ਖਿਡਾਰੀਆਂ ਨੂੰ ਜਿਹੜੇ ਲਾਈਵ ਤੇ ਜੁੜੇ ਬੈਠੇ ਆ, ਉਹਨਾਂ ਕਰਕੇ ਖਿਡਾਰੀ ਵੀ ਜੋਰ ਤੇ ਮਾਰੀ ਤੁਰੇ ਆਉਂਦੇ। ਏ ਬੱਲੇ 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 ਖੋਰ, ਇਹ ਆ ਕਰਨੀ ਚਾਚਾ ਕਮਾਲ ਕਰ ਗਿਆ, ਨੰਬਰ ਹੋ ਗਏ ਬਾਈ ਦੀ ਨੌ ਤੇ ਨੌ, ਨੰਬਰ ਹੋ ਗਏ, ਨੌ ਨੌ ਨੰਬਰ ਬਰਾਬਰ ਹੋ ਗਿਆ। ਆਦੇ ਪਈ ਕੱਟ ਜੇ ਆਦੇ ਪਈ ਲਓ ਸਾਹਮਣੇ ਐਨ ਗੱਲਾਂ ਹੁੰਦੀਆਂ ਨੇ ਵੀ ਮੈਂ ਵੀ ਆਣਾ ਕਿੱਥੇ ਭਲਵਾਨ ਰੱਜਦੇ ਤੇ ਮਿੱਤਰੋ ਜਹਾਜ਼ਾਂ ਤੋਂ ਵੀ ਰੋੜੇ ਰੱਜਦੇ ਤੇ ਕਦੇ ਨਾ ਭੜਾਕੂ ਮੁਰੇ ਅਰੇ ਡਿਗਰੀ ਤੇ ਚੋਰਾਂ ਮੁਰੇ ਅੜਦੇ ਨਾ ਜਿੰਦੇ ਸੋਹਣਿਆ। ਮਹਾਂਮਾਰੀ ਉਹ ਛਾਤੀ ਵਿੱਚੋਂ ਮਿਲਦੀ ਦਲੇਰੀ, ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ। ਇਹ ਬੱਲੇ ਬੱਲੇ ਬਾਲ ਜਿਹੜੀ ਆਊਟ ਆ, ਬਾਲ ਆਊਟ ਆ, ਸਰਵ ਚੇਂਜ ਮੰਗੇ ਨੌ ਤੇ ਨੌ, ਨੌ ਨੰਬਰੀ ਆ ਬਾਰੇ ਕਦੀ ਟੀਮ ਦੇ ਨੌ ਹੀ ਨੰਬਰ ਬਈਆ ਦੀ ਟੀਮ ਦੇ ਆ, ਹੁਣ ਦਸਵਾਂ ਨੰਬਰ ਕੌਣ ਪਹਿਲਾਂ ਦੌੜ ਕੇ ਆਪਣੀ ਟੀਮ ਦੇ ਲਈ ਬੱਲੇ ਬੱਲੇ ਕਰਾਉਂਦਾ ਤੇ ਮੈਨੂੰ ਲੱਗਦਾ ਕਿ ਲਾਡੀ ਨੇ ਸਵੈਟਰ ਲਾ ਕੇ ਇੱਕ ਪਾਸ ਵੀ ਮੁੜਕ ਮੁੜਕੀ ਕਰਾਤਾ ਸਰੀਰ ਤੇ, ਮੁੜਕ ਮੁੜਕੀ ਕਰਾਤਾ ਹਾਏ ਸਿਰ ਤੇ ਮੁਰਗਾ ਚੋਗੇ ਤੇ ਨਵੀਂ ਸਿੱਧੇ ਗਿੱਟਿਆਂ ਦਾ ਨਹੀਂ ਨਿਕਲਦਾ। ਹਾਏ ਗੱਲਾਂ ਕਹਿੰਦੇ ਵੱਡੀਆਂ ਨੇ ਪਤਾ ਇਹਨਾਂ ਨੂੰ ਵੀ ਆ। ਮੈਂ ਪਹਿਲਾਂ ਵੀ ਦੱਸਿਆ ਵੀ ਜੇ ਕਿਤੇ ਸੈਂਟਰ ਲਿਖਣਾ ਤੂਫਾਨੀ ਬਾਰੀ ਖੇਡ ਗਿਆ ਤੇ ਗੱਲਾਂ ਹੋ ਜਿਹੜੀਆਂ ਲੋਕਾਂ ਨੇ ਕਹਿ ਦੇਣਾ ਵੀ ਵਾਕਈ ਇਹ ਤਾਂ ਤਗੜਾ ਹੀ ਆ ਜੋਤੀ, ਕਿਹੜੇ ਮੁੰਡਿਆਂ ਨੂੰ ਵੀ ਤਗੜੇ ਦੇ ਹੋਣਾ ਹੀ ਪੈਣਾ। ਹਾਏ ਬਾਰੇ ਕਦੀ ਟੀਮ ਮੁੰਡੇ ਹਰ ਬੜੀ ਪੂਰੇ ਚੱਲ ਗਿਆ, ਨੰਬਰ ਦਸਵਾਂ ਜੁੜ ਗਿਆ, ਦਸ ਤੇ ਨੌ ਦੀ ਟੱਕਰ। ਨੰਬਰਦਾਰ ਵੀਰੇ $20 ਸੱਤੇ ਨੂੰ ਜੇ ਆ ਮੈਚ ਜਿੱਤੇ ਹਰਮਨ ਦਿਓਲ ਵੱਲੋਂ, ਹਰਮਨ ਦਿਓਲ $20 ਸੱਤੇ ਨੂੰ ਜੇ ਆ ਮੈਚ ਜਿੱਤੇ ਬਾਈ, $20 ਸੱਤੇ ਨੂੰ ਜੇ ਆ ਮੈਚ ਜਿੱਤਦਾ $20 ਜਿਹੜੇ ਸੱਤੇ ਨੂੰ ਦਿੱਤੇ ਜਾਣਗੇ ਹਰਮਨ ਦਿਓਲ। ਲੋਟਵੱਦੀ ਪਿੰਡ ਹੈ ਵੀਰ ਸਾਡੇ ਦਾ, ਮੋਹਰੇ USA ਦਾ ਪਿੰਡ ਹੈ, ਦਲਗੀਰ USA ਜੋਗੀ USA ਮੇਰੇ ਵੀਰੇ। ਹਾਏ ਗੱਲਾਂ ਕਹਿੰਦੇ ਹੁੰਦੀਆਂ ਨੇ, ਕਮਲ ਵਰਗੇ ਭਰਾ ਕਨੇਡਾ ਤੋਂ ਆਏ ਹੋਏ ਆ, ਇੱਧਰ ਵੀ ਕਹਿੰਦੇ ਮੁਕਾਬਲਾ ਚੋਟੀ ਦਾ ਹੈ, ਪਾਵੇ ਕਾਲਿਆ ਕਾਲੇ ਤੋੜਦੇ ਕੋਈ ਪੱਟੀ ਪੁੱਟੀ। ਹੈ ਗੱਲਾਂ ਕਹਿੰਦੇ ਚਿੰਪਰ ਦੀਆਂ ਨੇ ਬਈ ਵਾਲੀ ਦੀਆਂ, ਪਰ ਲਾਡੀ ਦੇ ਅੱਜ ਬਾਲ ਤੇ ਬੈਠੇ ਹੀ ਤੁਰਿਆ ਆਉਂਦਾ। ਹਾਏ ਨੰਬਰ ਹੁਣ ਕੌਣ ਜੋੜੂਗਾ, ਦਸਵੇਂ ਤੋਂ ਗਿਆਰਵਾਂ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ, ਦਸਵੇਂ ਤੋਂ ਗਿਆਰਵਾਂ ਨੰਬਰ ਹੁਣ ਕੌਣ ਜੋੜ ਕੇ ਬੱਲੇ ਬੱਲੇ ਕਰਾਊਗਾ। ਚਲੋ
ਪੁਆਇੰਟ ਵੀਰੇ 12-9 ਹੋ ਗਈ ਮੇਰੇ ਹਿਸਾਬ ਨਾਲ 11-12-9 ਲਓ ਸਾਹਮਣੇ ਤੇਜਿੰਦਰ ਵੀ ਆ ਗਿਆ ਵੀਰ ਸਾਡਾ ਤੇ ਲੈ ਵੀ ਡਾਕਟਰ ਗੱਲਾਂ ਹੋੜ ਗਿਆ ਫਰਵਰੀ ਮਹੀਨਾ ਨੇੜੇ ਤੁਰ ਆਉਂਦਾ ਵੀ ਤੇਰੇ ਵਿਆਹ ਦੀ ਤਰੀਕ ਨੇੜੇ ਲੱਗਦੀ ਦੱਸ ਦੀ ਹਵੇਲੀ ਹੁੰਦੀ ਰੰਗ ਸੋਹਣਿਆ ਚੜ੍ਹਦੇ ਵੱਡੇ ਆ ਤਾਂ ਵੀ ਸਿੱਧੀ ਗੱਲਾਂ ਫਰਵਰੀ ਮਹੀਨੇ ਦੀਆਂ ਹੋਣੀਆਂ ਨੇ ਸੋਹਣਾ ਵੀਰਾ ਪੁੱਛ ਲਓ ਕਿਤੇ ਲੋਪ ਨਾ ਹੋ ਜੇ ਫਰਵਰੀ ਤੋਂ ਬਾਅਦ 11 ਫਰਵਰੀ ਨੂੰ ਲਾਵੀ ਕਿੰਨੇ ਕਿੰਨੇ 9-11 9-12 9-12 9-12 ਦੀ ਟੱਕਰ ਹਾਓ ਸਾਹਮਣੇ ਗੱਲਾਂ ਹੋੜ ਗਿਆ ਲਾਵੀ ਤੇਜਿੰਦਰਾ ਤੈਨੂੰ ਵੀ ਰਵਾ ਕਿਉਂ ਵਾਰ ਕਹਿੰਦੇ ਸੋਹਣਾ ਵੀਰਾ ਚੱਲ ਵੱਡੇ ਲਾਓ ਸਾਹਮਣੇ ਕੋਈ ਗੱਲ ਨੀ ਭੁਲੇਖੇ ਲੱਗ ਜਾਂਦੇ ਆ ਸੋਹਣਾ ਵੀਰਾ ਤੇ ਅਰਸ਼ਦ ਦੇ ਲਾਉਂਦਾ ਵੀ ਮਾਨਦਪੁਰ ਦੇ ਵਿੱਚ ਆਪਾਂ ਕ੍ਰਿਕਟ ਦਾ 61,000 ਰੁਪਇਆ ਦੇਣਾ ਹੈ ਮੈਗੂ ਦਾ ਵੀਰਾ ਕਹਿੰਦੇ ਅਰਸ਼ਦਾਂ ਦਾ ਕੈਨੇਡਾ ਦੀ ਧਰਤੀ ਦੇ ਹਉ ਵੱਡੇ ਮਾਨ ਸਨਮਾਨਾਂ ਦੀ ਗੱਲ ਆ ਸਵਾਜ ਤੁਰਿਆ ਏ ਆਓ ਸਰਦਾਰ ਪਜਿੰਦਰ ਸਿੰਘ ਜੀ ਬੋਪਰ ਹੈ ਕੈਨੇਡਾ ਨੂੰ ਵੀ ਪਹੁੰਚ ਗਿਆ ਅੱਜ ਹੀ ਸਿੱਧਾ ਕੈਨੇਡਾ ਤੋਂ ਕਹਿੰਦੇ ਜਹਾਜ ਗਰਾਊਂਡ ਚ ਲੈਂਡ ਕਰ ਦਿੱਤਾ ਚਰ ਤੇ ਵੱਡੇ ਆ ਪਜਿੰਦਰ ਸਿੰਘ ਜੀ ਬੋਪਰ ਹੈ ਕੈਨੇਡਾ ਬਹੁਤ ਬਹੁਤ ਧੰਨਵਾਦ ਹੈ ਚਲੋ
ਇਹ ਗੁਰਪ੍ਰੀਤ ਵੀਰੇ ਧਲੇਰ ਕੋਲ ਚੱਲਦਿਆ ਨੰਬਰਦਾਰ ਕਮੈਂਟੇਟਰ ਦੇ ਪਿੰਡ ਨੰਬਰਦਾਰ ਧਲੇਰ ਉਹਦੇ ਪਿੰਡ ਚੱਲਦੇ ਵੀਰੇ ਬਾਲ ਯਾਰ 13-10 ਹੋ ਗਏ ਮੇਰੇ ਹਿਸਾਬ ਨਾਲ ਪਿੰਡ ਵੀਰੇ 13-10 ਹਾਂਜੀ ਹਾਂਜੀ ਵੀਰੇ ਸੂਰਜ ਕਿਹੜੀਆਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਮੁਬਾਰਕਾਂ ਹਾਂਜੀ ਹਾਂਜੀ ਵੀਰੇ 10-13 ਪੁਆਇੰਟ 10 ਪੁਆਇੰਟ ਬਾਰੇਕਾ 13 ਪੁਆਇੰਟ ਬਈਏ ਵਾਲ ਬਈ 13-10 ਪੁਆਇੰਟ ਵੀਰੇ 13-10 10-13 10 ਪੁਆਇੰਟ ਬਈਏ ਵਾਲ ਬਾਰੇਕਾ ਕੈਮਰੇ ਸਾਹਮਣੇ ਅਤੇ ਬਈਏ ਵਾਲ 13 ਬਾਈ ਪਿੰਡ ਮੇਰਾ ਵੀਰੇ ਸੱਦੋਵਾਲ ਆਪਾਂ ਮਿਲੇ ਸੀ ਇੱਕ ਵਾਰ ਕੋਟ ਕਰੋੜ ਜਦੋਂ ਫਿਰ ਉਦੋਂ ਵੀ ਬਾਈ ਦਾ ਲਾਈਵ ਕਰਨ ਆਏ ਸੀਗੇ ਉਧਰੋਂ ਸਰਦਾਰ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਉਹ ਵੀ ਉੱਚੇ ਤੌਰ ਤੇ ਆਏ ਹੋਏ ਆ ਉਹਨੂੰ ਰੋਕਣੀ ਨਹੀਂ ਬਾਲ ਪੂਰੀ ਖੁੱਲ੍ਹੀ ਮਾਰ ਖੜ ਖੜ ਪੱਤ ਕਰ ਹਾਂਜੀ ਹਾਂਜੀ ਵੀਰੇ ਬਹੁਤ ਵੱਡਾ ਧੰਨਵਾਦ ਹੈ ਪਜੇਤਰ ਸਿੰਘ ਜੀ ਕਰੇਡਾ ਅਚੇਚੇ ਤੌਰ ਤੇ ਆਇਆ ਇਹਨਾਂ ਮੈਚਾਂ ਦਾ ਆਨੰਦ ਮਾਣਨ ਦੇ ਲਈ ਵਿਸ਼ੇਸ਼ ਤੌਰ ਤੇ ਕਦੇ ਕਰੇਡਾ ਦੇ ਅੱਜ ਹੀ ਪਹੁੰਚੇ ਤੇ ਅੱਜ ਹੀ ਕਹਿੰਦੇ ਮੈਂ ਮੈਚਾਂ ਨੂੰ ਵੇਖਣ ਦੇ ਲਈ ਆ ਗਏ ਹੁਣੇ ਪਹੁੰਚੇ ਥੋੜਾ ਟਾਈਮ ਹੀ ਹੋਇਆ ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਪਿਆਰ ਇਹਨਾਂ ਗਰਾਊਂਡਾਂ ਦੇ ਨਾਲ ਆਓ ਲਵੀ ਨੰਬਰ ਕਿੰਨੇ ਹੋ ਗਏ 11-12-13 ਹੋ ਗਏ ਵਾਹ ਜੀ ਵਾਹ ਇੱਕ ਮਿੰਟ ਵੀਰੇ ਦੇਖਦਾ ਫਿਰ ਇੱਧਰ ਸ਼ੋਅ ਨਹੀਂ ਹੋਏ ਮੈਨੂੰ ਇਹਦੇ ਲਾਈਵ 'ਤੇ ਮੈਂ ਇੱਧਰ ਲਾਈਵ ਕੱਢ ਕੇ ਦੇਖਦਾ ਦੂਜੇ ਫੋਨ 'ਚ ਹਾਂਜੀ ਹਾਂਜੀ ਲਾਵੀ ਯਾਰ 13-13 ਨੰਬਰ ਹੋ ਗਏ 13-13 ਦੇ 13 ਦੀ ਟੱਕਰ ਹੋ ਗਈ ਆ
13 ਦੇ ਕਹਿੰਦੇ 13 ਦੀ ਟੱਕਰ ਹੈ ਨੰਬਰਦਾਰ ਵੀਰੇ ਲਾਈਵ ਦੇਖੀ ਕੱਢ ਕੇ ਗੰਟੀ ਕੱਲਾ ਕੀ ਕਰੇ ਧੱਗੇ ਦਾ ਸਾਥ ਤੇ ਦੇਣਾ ਹੀ ਪੈਣਾ ਹੈ ਗੱਲ ਤੇ ਫੇਰ ਬਾਣੀ ਅੱਜ ਤੇ ਉਹਨੇ ਧੁੱਕੀ ਕੱਢ ਕੇ ਰੱਖੀ ਆ ਹਉ ਪਰ ਲੈ ਵੀ ਸਾਨੂੰ ਸਾਹ ਦੇਣਾ ਤੇ ਬਣਦਾ ਹੈ ਲਾਈਵ ਕੱਢ ਕੇ ਦੇਖੀ ਮੜਾ ਜਾ ਠੀਕ ਹੈ ਜੀ ਚੈਨਲ ਹਾਰ ਗਈ ਸੀ ਵੀਰੇ ਬੀਐਲ ਦੀ ਟੀਮ ਤੋਂ ਉਧਰੋਂ ਕੁਲਦੀਪ ਆਸਟ੍ਰੇਲੀਆ ਜੇ ਜੋਡੀ ਜਿੱਤਦਾ ਤੇ ਵੀਰ ਸਾਡਾ ਕਹਿੰਦਾ ਵੀ 3100 ਨਾਲ ਵੱਡੇ ਮਾਰ ਕਰ ਦਾਂਗੇ ਕੁਲਦੀਪ ਆਸਟ੍ਰੇਲੀਆ ਉਹ ਵੀਰ ਕਹਿੰਦਾ 3100 ਦੇ ਦਾਂਗੇ ਜੇ ਜਿੱਤਦਾ ਮੁੰਡਾ ਬਈ ਹੋਈ ਜੋਡੀ ਕਰਕੇ ਵੱਡੇ ਹੈ ਮੇਰੇ ਵੀਰ ਲਾਈ ਨੰਬਰ ਮੈਨੂੰ ਲੱਗਦਾ ਵੀ 13-13 ਹੋ ਗਏ ਹਸਰਾ ਫਿਰਦਾ ਤੂਫਾਨ ਜੋਡੀ ਨੱਚਦਾ ਫਿਰਦਾ ਇਹਦਾ ਕੋਈ ਹੱਲ ਤੋੜ ਕੱਢ ਲੈ ਜੇ ਕੱਢਿਆ ਜਾਂਦਾ ਤੇ ਨਹੀਂ ਦਿਆ ਤੇ ਹੱਲ ਹੀ ਕਰੀ ਤੁਰਿਆ ਆਉਂਦਾ ਉਧਰ ਜੱਸੂ ਬਈਆਲ ਕਹਿੰਦਾ ਵੀ ਜੇ ਬਈਆਲ ਜਿੱਤਦੀ ਤੇ 500 ਆਪਾਂ ਦੇ ਦਿਆਂਗੇ ਭਰਾ ਸਾਡਾ ਜੱਸੂ ਹੈ ਉਹ ਕਹਿੰਦਾ ਜੇ ਬਈਆਲੀ ਜਿੱਤਣਾ ਤੇ 500 ਆਪਾਂ ਦੇ ਦਿਆਂਗੇ ਆਹ ਸਭ ਨੇ ਕਹਿੰਦੇ ਕਮਾਲ ਜਿਹੜੀ ਕਰ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਜੇ ਛੋਟੂ ਮੈਚ ਜਿਤਾਵੇ ਤੇ ਜੱਸੂ ਬਈਆਲ ਕਹਿੰਦਾ 500 ਦੇ ਦਿਆਂਗੇ 500 ਨਾਲ ਵੱਡੇ ਮਾਣ ਕਰਾਂਗੇ ਜੇ ਛੋਟੂ ਦਾ ਮੈਚ ਜਿਤਾਵੇ ਪਰ ਮੈਨੂੰ ਕੁਝ ਹੋਰ ਲੱਗਦਾ ਲੋਕੋ ਆਹ ਪੱਲੇ 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 ਜਿਹੜਾ ਕੋਈ ਛੋਟੂ ਲੱਗਦਾ ਉਹੀ ਕੁਝ ਮੈਨੂੰ ਲੱਗਦਾ ਆਹ ਸਾਹਮਣੇ ਨੰਬਰ ਫਿਰ ਅਗਲਾ ਕੌਣ ਜੋੜ ਕੇ ਕਰਾਊਗਾ ਧੰਨ ਧੰਨ ਵੀ 13-13 ਦੇ ਮੰਗੇ 13 ਤੇ 14 ਫਿਰ ਕਿਹਨੇ ਜੋੜ ਦੇਣਾ ਗੱਲਾਂ ਕਹਿੰਦੇ ਸਵੇਰੀਆ ਮੈਨੂੰ ਲੱਗਦਾ ਕਾਲਾ ਆਈ ਤੇ ਆ ਗਿਆ ਤੇ ਕਾਲਾ ਦੇ ਜਦੋਂ ਆਈ ਤੇ ਆ ਰਹੇ ਫਿਰ ਬਾਲੀ ਪੂਰੀ ਕਰਨਾ ਜੋਟੀ ਦਾ ਸਾਥ ਦੇ ਦੋ ਤੇ ਗੱਲ ਬਣ ਜੂਗੀ ਤੇ ਨਹੀਂ ਤੇ ਚਿਪਰਾ ਲੀਡ ਪਟਲੀ ਤੂਫਾਨੀ ਪਾਰੀ ਖੇਡੀ ਤੁਰਿਆ ਆਉਣਾ ਭੀਮ ਤੇਰਾ ਜੁੰਡੀ ਦਾ ਯਾਰ ਤੇ ਭੀਮ ਕਹਿੰਦਾ ਠੁੱਲੀ ਆ ਦੇ ਮੇਲੇ ਦੇ ਮੁਗਲਾਂ ਸ਼ੇਰਾਂ ਦੇ ਕੇ ਵੱਡਾ ਮਾਣ ਕਰਨਾ ਹੈ ਐਵੇਂ ਨਹੀਂ ਆ ਰਹੀਆਂ ਹਾਂ ਭਰਾ ਸਾਡਾ ਕਹਿੰਦਾ ਵੀ ਨਗਰਾ ਬਸ਼ੇਰਾ ਦੇ ਦਿਆਂਗੇ ਅੱਜ ਦੇ ਕਹਿੰਦੇ ਕਮਾਲ ਹੋ ਗਈ 14-13 ਹੋ ਗਏ 14 ਦੇ 13 ਅੱਗੇ 14 ਦੇ 13 ਹੋ ਗਏ ਆਓ ਸਾਹਮਣੇ ਮੇਰੇ ਵੀਰੋ ਹੁਣ ਨੰਬਰ 15ਵਾਂ ਸੀਪਾ ਖੜਾ ਹੋ ਗਿਆ ਬੈਠਾ ਸੀ ਉੱਠ ਕੇ ਖੜਾ ਹੋ ਗਿਆ ਵੀ ਡੱਗਿਆ ਤੂਫਾਨ ਦੇ ਧੁੱਕੀ ਗੱਡੀ ਕਰਿਆ ਹੁੰਦਾ ਆਓ ਐਵੇਂ ਨਹੀਂ ਸੀਪੇ ਹੋਈ ਬੈਠੇ ਕਾਲੇ ਨੂੰ ਵਿਜੇ ਖੁੜੀਆ ਉਹ ਕਹਿੰਦੇ ਵੀ ਆਪਾਂ 2100 ਦੇ ਦਿਆਂਗੇ ਤੇ ਬੰਦਾ ਵੀ 250 ਲਾਈਵ ਦੇ ਜੁੜ ਗਿਆ ਆਹ ਸਾਹਮਣੇ ਗੱਲਾਂ ਕਹਿੰਦੇ ਟਿਕਾਣੇ ਹੈ ਨੰਬਰ ਹੋ ਗਏ 15 ਤੇ ਮੇਰੇ ਮਿੱਤਰੋ 13 ਦੀ ਟੱਕਰ ਹੈ ਗੱਡੀਆਂ ਚੜ ਗਈਆਂ ਟਰੈਕ ਤੇ ਵੀਰੇ ਖਿੱਚੀ ਆਉਂਦਾ ਕੰਮ ਮੁੰਡੇ ਨੂੰ ਲਾਵੀ
ਹੈਲੋ ਹੈਲੋ ਆ ਰਹੋ ਜੀ, ਬਾਕੀ ਖਿਡਾਰੀ ਤੋਂ ਬਿਨਾਂ ਵੀ ਗਰਾਊਂਡ। ਹੈਲੋ ਉਧਰੋਂ ਇੱਕ ਮਿੰਟ ਰੁਕੋ ਵੀਰੇ, ਸੈੱਲ ਚੇਂਜ ਕਰ ਲਈਏ ਮੈਂ ਕਿਤੇ, ਫਿਰ ਕਰਾਉਂਦੇ ਹਾਂ ਅਨਾਊਂਸ। ਲਾਈਵ ਹੋ ਗਿਆ ਉਹਦਾ, ਟੀਮ ਵਾਲੇ ਉੱਥੇ ਜਾ ਖੜੇ ਹੁਣ ਦੋ ਮਿੰਟ ਰੱਖ ਕੇ ਕਰਾਉਂਦੇ ਹਾਂ ਅਨਾਊਂਸ, ਮੈਂ ਇੱਕ ਮੇਰੇ ਸ਼ਬਦ ਚੇਂਜ ਕਰਨ ਵਾਲਿਆ, ਫਿਰ ਕਰਾਉਂਦੇ ਹਾਂ ਅਨਾਊਂਸ ਵੀਰੇ। ਮਾਰਦੇ ਬਾਹਰ ਦੀ ਹੋ ਜਾਓ, ਚੱਲ ਚੱਲ ਚੱਲ। ਸਕੋਰ ਕੀ ਹੋ ਗਿਆ ਵੀਰੇ? ਹੈਲੋ ਨਵੀਂ ਸੀ ਤੇ ਲੱਗ ਗਿਆ, ਪਤਾ ਕਿੰਨਾ ਦਾ ਸੀ ਚਰ ਦੇ ਵੱਡੇ ਆ। ਦੱਸ ਦੇ ਵੀਰੇ ਇੱਕ ਮਿੰਟ, ਮੰਗੇ ਵੀਰੇ ਸਕੋਰ ਕੀ ਆ? 13-15 ਸਕੋਰ ਆ ਵੀਰੇ, 15 points, 16 ਹੋ ਗਏ ਬਾਈ, 16 points 12 ਕੇ ਦੇ ਤੇ ਉਧਰ 13 ਗਏ ਬਾਈ, ਬਈਆਲ ਦੇ ਲਾਸਟ ਪੁਆਇੰਟ ਆ ਗਿਆ 12 ਕੇ ਟੀਮ ਦਾ ਬਾਈ। ਰੱਬ ਤੇ ਕਰਾਂ ਸੱਤਿਆ ਕੰਮ, ਗੇਮ ਪੁਆਇੰਟ ਆ ਗਿਆ 12 ਕੇ ਟੀਮ ਦਾ ਵੀਰੇ, ਲਾਸਟ ਪੁਆਇੰਟ ਹੈ। ਚੇਂਜ ਨਾ ਹੋਣ ਬਾਈ, ਚੱਲ ਸਾਹਮਣੇ ਕਦੇ ਚਰਚੇ ਵੱਡੇ ਹੋ ਗਏ। ਇਧਰੋਂ ਗੱਲ ਵਿਆਹ ਦੀ ਹੁੰਦੀ ਹੈ, ਜਿਹੜੀ ਯਾਰੀ ਕਹਿੰਦੇ ਸਚਨ ਦੇ ਨਾਲ ਹੈ। ਵੀਰੇ ਸਾਊਂਡ ਦਾ ਚੱਕਰ ਪੈ ਗਿਆ ਯਾਰ, ਉਹ ਆਪ ਮਨ ਜਸ਼ਨ ਜੋਤ ਕਹਿੰਦਾ ਵੀ ਜੇ ਛੋਟੂ ਛੋਟੂ ਸੱਤੇ ਦੇ ਬਾਹਰ ਲਾਵੇ। ਲਓ ਵੀਰੇ ਜਿੱਤ ਗਈ 12 ਕਰੀ ਟੀਮਾਂ ਮੈਚ,